ਸਾਸਰਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਮੈਂ ਸੁਖਦੀਪ ਗੌਰ ਸੰਤੂ ਖਬਰਾਂ ਦੇ ਇਸ ਬਲਟਿਨ ਵਿੱਚ ਤੁਹਾਡਾ ਸਵਾਗਤ ਪਹਿਲਾ ਪੇਸ਼ ਨੇ ਚੋਣ ਵਿਆ ਘਬਰਾ ਚੋਣ ਕਮਿਸ਼ਨ ਨੇ ਰੈਲੀਆਂ ਤੇ ਰੋਡ ਸ਼ੋਅ ਤੇ ਪਾਬੰਦੀ 22 ਤੱਕ ਵਧਾਈ ਸੀਐਮ ਚੰਨੀ ਦੇ ਵੱਲੋਂ ਮੁੱਖ ਚੋਣ ਕਮਿਸ਼ਨਰ ਨੂੰ ਵੋਟਾਂ ਦੀ ਤਾਰੀਖ ਮੁਲਤਵੀ ਕਰਨ ਦੀ ਮੰਗ ਜਮਾਨਤ ਮਿਲਨ ਮਗਰੋਂ ਪਹਿਲੀ ਵਾਰ ਅੰਮ੍ਰਿਤਸਰ ਪਹੁੰਚੇ ਵਿਕਰਮਜੀਤਿਆ ਨੇ ਕੇਜੀਵਾਲ ਤੇ ਸਿੱਧੂ ਤੇ ਸਾਦੇ ਨਿਸ਼ਾਨੇ ਕਾਂਗਰਸ ਦੇ ਵੱਲੋਂ ਟਿਕਟ ਮਿਲਤ ਤੇ ਸਿੱਧੂ ਮੂਸੇਵਾਲਾ ਬਾਗੋ ਬਾਗ ਵਿਰੋਧ ਕਰਨ ਵਾਲਿਆਂ ਨੂੰ ਮੋੜ ਦਿੱਤੀ ਚੇਤਾਵਨੀ ਚੋਣਾ ਲੜ ਰਹੀਆਂ 22 ਕਿਸਾਨ ਜਥੇਬੰਦੀਆਂ ਨੂੰ ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਝਟਕਾ ਮੋਰਚੇ ਤੋਂ ਕੀਤਾ ਮੁੱਦਵੀ ਕਾਂਗਰਸ ਨੂੰ ਪੰਜਾਬ ਦੇ ਵਿੱਚ ਵੱਡਾ ਝਟਕਾ ਟਿਕਟ ਕੱਟੇ ਜਾਣ ਤੇ ਮੋਗੇ ਤੋਂ ਵਿਧਾਇਕ ਹਰਜੋਤ ਕਮਲਪਾਤ ਪਾ ਦੇ ਵਿੱਚ ਹੋਏ ਸ਼ਾਮਿਲ ਹੁਣ ਖਬਰਾਂ ਵਿਸਥਾਰ ਦੇ ਨਾਲ ਕੋਵਿਡ-19 ਦੇ ਵਾਧ ਰਹੇ ਕੇਸਾਂ ਦੇ ਦਰਮਿਆਨ ਚੋਣ ਕਮਿਸ਼ਨ ਨੇ ਪੰਜ ਸੂਬਿਆਂ ਦੇ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਰੈਲੀਆਂ ਅਤੇ ਰੋਡ ਸ਼ੋਅ ਤੇ 22 ਜਨਵਰੀ ਤੱਕ ਪਾਬੰਦੀ ਵਧਾ ਦਿੱਤੀ ਹੈ। ਕਮਿਸ਼ਨ ਨੇ ਕਿਹਾ ਹੈ ਕਿ ਉਹ ਹਾਲਾਤਾਂ ਤੇ ਨਜ਼ਰ ਰੱਖਣਗੇ ਅਤੇ ਫਿਰ ਨਵੇਂ ਨਿਰਦੇਸ਼ ਜਾਰੀ ਕਰਨਗੇ ਉਂਝ ਚੋਣ ਕਮਿਸ਼ਨਰ ਨੇ ਸਿਆਸੀ ਪਾਰਟੀਆਂ ਨੂੰ ਥੋੜੀ ਰਾਹਤ ਦਿੰਦਿਆਂ ਹਾਲ ਦੇ ਅੰਦਰ ਪੰਜਾਬ ਫੀਸ ਦੀ ਸਮਰੱਥਾ ਚਾਵਾਦ ਤੋਂ ਵਾਧ ਤਿੰਨ ਸੌ ਲੋਕਾਂ ਦੇ ਗੱਠ ਦੀ ਇਜਾਜ਼ਤ ਦਿੱਤੀ ਹੈ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਪ੍ਰਦੇਸ਼ ਆਫਤ ਪ੍ਰਬੰਧਨ ਅਧਿਕਾਰੀਆਂ ਦੇ ਵੱਲੋਂ ਤੈ ਸਮਰੱਥਾ ਮੁਤਾਬਿਕ ਵੀ ਰਹਿਣੀਆਂ ਕੀਤੀਆਂ ਜਾ ਸਕਦੀਆਂ ਨੇ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਉਹਨਾ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਅਤੇ ਕੇਂਦਰੀ ਸਿਹਤ ਮੰਤਰਾਲੇ ਮੁਖੀ ਸਕੱਤਰਾਂ ਅਤੇ ਹੋਰ ਅਧਿਕਾਰੀਆਂ ਦੇ ਨਾਲ ਵਰਚੂਅਲੀ ਬੈਠ ਕਕਰਨ ਮਗਰੋਂ ਇਹ ਫਾਸਲਾ ਲਿਆ ਗਿਆ ਹੈ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਰੋਡ ショ ਪੈਦਲ ਯਾਤਰਾ ਸਾਈਕਲ ਬਾਈਕ ਵਾਹਨ ਰੈਲੀ ਅਤੇ ਜਲੂਸ ਆਦ ਕੱਡੇ ਜਾਣ ਦੀ 21 ਜਨਵਰੀ ਤੱਕ ਰੋਕ ਰਹੀ ਹੈ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਕੋਵਿਡ ਉਚਿਤ ਵਿਵਹਾਰ ਦੇ ਨਿਯਮਾਂ ਨੂੰ ਯਕੀਨੀ ਬਣਾਉਣ ਅਤੇ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਨਾ ਕੀਤੀ ਜਾਵੇ। ਚੋਣ ਕਮਿਸ਼ਨ ਨੇ ਸੂਬਿਆਂ ਅਤੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਚੋਣ ਕੋਡ ਅਤੇ ਮਹਾਮਾਰੀ ਦੇ ਨਾਲ ਸੰਬੰਧਿਤ ਸਾਰੇ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ ਨੇ। ਵੱਖ-ਵੱਖ ਖੇਤਰੀ ਪਾਰਟੀਆਂ ਨੇ ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਕਿ ਉਹ ਰੈਲੀਆਂ ਅਤੇ ਪਾਬੰਦੀਆਂ ਬਾਰੇ ਨਿਯਮਾਂ ਦੇ ਵਿੱਚ ਰਾਹਤ ਦੇਵੇ ਕਿਉਂਕਿ ਵਰਚੁਅਲੀ ਰੈਲੀਆਂ ਦੇ ਨਾਲ ਸਿਰਫ ਅਮੀਰ ਪਾਰਟੀਆਂ ਨੂੰ ਹੀ ਸਹਾਇਤਾ ਮਿਲੇਗੀ। ਪੰਜਾਬ ਦੇ ਮੁੱਖ ਮੰਤਰੀ ਚੰਜੀ ਸਿੰਘ ਕੇ ਚੰਨੀ ਨੇ ਕੇਂਦਰੀ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਵੋਟਾਂ ਦੇ ਤਰੀਕ 6 ਦਿਨਾਂ ਦੇ ਲਈ ਮੁਲਤਵੀ ਕੀਤੀ ਜਾਏ ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਚੋਣਾਂ 14 ਫਰਵਰੀ 2022 ਨੂੰ ਕਰਵਾਉਣ ਦਾ ਐਲਾਨ ਕੀਤਾ ਹੋਇਆ ਮੁੱਖ ਮੰਤਰੀ ਚੰਨੀ ਨੇ ਆਪਣੀ ਚਿੱਠੀ ਦੇ ਵਿੱਚ ਕਿਹਾ ਹੈ ਕਿ ਅਨੁਸੂਚਿਤ ਜਾਤੀ ਭਾਈਚਾਰੇ ਦੇ ਨੁਮਾਇੰਦਿਆਂ ਨੇ ਉਹਨਾਂ ਦੇ ਧਿਆਨ ਦੇ ਵਿੱਚ ਇਹ ਮਾਮਲਾ ਲਿਆਂਦਾ ਹੈ ਕਿ ਸ਼੍ਰੀ ਗੁਰੂ ਰਵਿਦਾਸ ਜਯੰਤੀ ਇਸ ਵਾਰ 16 ਫਰਵਰੀ 2022 ਨੂੰ ਆ ਰਹੀ ਹੈ ਸੂਬੇ ਦੇ ਵਿੱਚ ਅਨੁਸੂਚਿਤ ਜਾਤੀ ਭਾਈਚਾਰੇ ਦੇ ਲੋਕਾਂ ਦੀ ਆਬਾਦੀ ਬੱਤੀ ਫੀਸ ਦੀ ਹੈ ਅਜਿਹੀ ਸਥਿਤੀ ਦੇ ਵਿੱਚ ਸੂਬੇ ਤੋਂ ਲਗਭਗ 20 ਲੱਖ ਲੋਕ ਉੱਤਰ ਪ੍ਰਦੇਸ਼ ਸਥਿਤ ਬਨਾਰਸ ਦੇ ਵਿੱਚ 10 ਤੋਂ 16 ਫਰਵਰੀ ਤੱਕ ਹਰ ਸਾਲ ਜਾਂਦੇ ਨੇ ਅਜਿਹੀ ਸਥਿਤੀ ਦੇ ਵਿੱਚ ਅਨੁਸੂਚਿਤ ਜਾਤੀ ਦੇ ਲੋਕ ਸੂਬਾ ਵਿਧਾਨ ਸਭਾ ਚੋਣਾਂ ਦੇ ਵਿੱਚ ਆਪਣੀ ਵੋਟ ਪਾਉਣ ਤੋਂ ਵਾਂਝੇ ਰਹਿ ਜਾਂਦੇ ਆਣਗੇ ਜੋ ਕਿ ਉਹਨਾਂ ਦਾ ਸੰਵਿਧਾਨਕ ਅਧਿਕਾਰ ਹੈ ਉਹਨਾਂ ਨੇ ਕਿਹਾ ਹੈ ਕਿ ਵਫ਼ਤਨੀ ਉਹਨਾਂ ਨੂੰ ਕਿਹਾ ਹੈ ਕਿ ਸਰਦਾਲੂਆਂ ਦੇ ਭਾਰੀ ਗਿਣਤੀ ਦੇ ਵਿੱਚ ਬਨਾਰਸ ਜਾਣ ਦੀ ਸਥਿਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵੋਟਾਂ ਦੀ ਤਾਰੀਖ ਨੂੰ 6 ਦਿਨਾਂ ਦੇ ਲਈ ਮੁਲਤਵੀ ਕੀਤਾ ਜਾਏ ਜੇਕਰ ਚੋਣ ਕਮਿਸ਼ਨ ਅਜਿਹਾ ਫੈਸਲਾ ਲੈਂਦਾ ਹੈ ਤਾਂ ਇਸ ਦੇ ਨਾਲ ਅਨੁਸੂਚਿਤ ਜਾ ਲੋਕਾਂ ਨੂੰ ਆਪਣੇ ਸੰਵਿਧਾਨਿਕ ਅਧਿਕਾਰ ਦੀ ਵਰਤੋਂ ਕਰਨ ਦਾ ਮੌਕਾ ਮਿਲੇਗਾ ਡਰੱਗਸ ਕੇਸ ਦੇ ਵਿੱਚ ਫਸੇ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਵਿਕਰਮ ਮਜੀਠੀਆ ਅਗਾਉਂ ਜ਼ਮਾਨਤ ਮਿਲਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ ਪਹੁੰਚੇ ਨੇ ਜਿੱਥੇ ਅਕਾਲੀ ਵਰਕਰਾਂ ਦੇ ਵੱਲੋਂ ਗਰਮਜੋਸ਼ੀ ਦੇ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਇਸ ਦੌਰਾਨ ਮਜੀਠੀਆ ਨੇ ਕੇਜਰੀਵਾਲ ਤੇ ਤੰਜ ਕੱਸਦਿਆਂ ਆਮ ਆਦਮੀ ਪਾਰਟੀ ਲਈ ਗਏ ਫੋਨ ਕਾਲਜ਼ ਨੂੰ ਡਰਾਮਾ ਦੱਸਿਆ ਹੈ ਉਨ੍ਹਾਂ ਨੇ ਕਿਹਾ ਹੈ ਕਿ ਕੇਜਰੀਵਾਲਾ ਆਪਣਾ ਦਿੱਲੀ ਦਾ ਕੰਮ ਸੰਭਾਲਨ ਗੋਲਡਨ ਗੇਟ ਦੇ ਵਿੱਚ ਅਕਾਲੀ ਦਲ ਵਰਕਰਾਂ ਅਤੇ ਵਿਕਰਮ ਜਿਠਿਆ ਦੇ ਸਮਰਥਕਾਂ ਦਾ ਵੱਡੇ ਇਕੱਠ ਨਜ਼ਰ ਆਇਆ ਜਿੱਥੇ ਮਜੀਠੀਆ ਦੇ ਪਹੁੰਚਣ ਤੇ ਫੁੱਲਾਂ ਦੀ ਵਰਖਾ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ ਮਜੀਠੀਆ ਨੇ ਕਿਹਾ ਕਿ ਪ੍ਰਮਾਤਮਾ ਨੇ ਹੀ ਉਹਨਾਂ ਨੂੰ ਇਹ ਸਨਮਾਨ ਨਵਾਜਿਆ ਹੈ ਜਿਸ ਕਾਰਨ ਕਾਂਗਰਸ ਦੀਆਂ ਸਾਜ਼ਿਸ਼ਾਂ ਵੀ ਫੇਲ ਹੋ ਗਈਆਂ ਨੇ ਦਾ ਸੰਜੋਗ ਹੈ ਕਿ ਸੋਮਵਾਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਮਜੀਠੀਆ ਦੇ ਮਾਮਲੇ ਦੇ ਵਿੱਚ ਸੁਣਵਾਈ ਕਰਦੇ ਹੋਣਾਂ ਨੂੰ ਅਗਾਊਂ ਜ਼ਮਾਨਤ ਦੇ ਹੁਕਮ ਦਿੱਤੇ ਨੇ ਇੱਥੇ ਹੀ ਬਸ ਨਹੀਂ ਹਾਈ ਕੋਰਟ ਨੇ ਮਜੀਠੀਆ ਦੀ ਗ੍ਰਿਫਤਾਰੀ ਤੇ ਵਿਰੋਕ ਲਗਾ ਦਿੱਤੀ ਸੀ ਵਿਕਰਮ ਜਿਠਿਆ ਦੀ ਜ਼ਮਾਨਤ ਲਈ ਅਕਾਲੀ ਦਲ ਦੇ ਵੱਲ ਸੋ ਇਸ ਤੋਂ ਪਹਿਲਾਂ 5 ਜਨਵਰੀ ਨੂੰ ਹੋਈ ਸੁਣਵਾਈ ਦੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਸੀ ਜਿਸ ਦੇ ਵਿੱਚ ਉਹਨਾਂ ਨੂੰ ਮਜੀਠੀਆ ਦੀ ਪਟੀਸ਼ਨ ਤੇ ਨੋਟਿਸ ਭੇਜ ਕੇ 8 ਜਨਵਰੀ ਤੱਕ ਜਵਾਬ ਦੇਣ ਦੇ ਲਈ ਕਿਹਾ ਗਿਆ ਸੀ ਜਿਸ ਤੋਂ ਬਾਅਦ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਆਪਣਾ ਜਵਾਬ ਸੌਂਪ ਦਿੱਤਾ ਸੀ ਮਹਾਰਾਜ ਜੀ ਜਿੱਡੀ ਵੱਡੀ ਸਾਜ਼ਿਸ਼ ਸੀ ਨਾ ਜਦੋਂ ਇੱਕ ਰੱਬ ਦੇ ਰੰਗ ਵੇਖੋ 20 ਦਿਨ ਦਾ ਡੀਜੀਪੀ ਰਹਿ ਗਿਆ ਇਕੱਲਾ ਔਰ 4 ਡੀਜੀਪੀ ਬਦਲ ਜਾਣੇ ਔਰ ਜੇਐਸ ਡੀਜੀਪੀ ਨੇ ਸਾਰੀ ਸਾਜ਼ਿਸ਼ ਘਟੀ ਘੜੀ ਜੀ ਨੇ ਉਹ 20 ਦਿਨਾਂ ਚ ਸ਼੍ਰੀ ਦਰਬਾਰ ਸਾਹਿਬ ਤੇ ਤੇ ਬੇਅਦਬੀ ਉਹਦੀ ਇੰਟੈਲੀਜੈਂਸ ਫੇਲੀਅਰ ਪੂਲ ਫੇਲੀਅਰ ਬੰਬ ਬਲਾਸਟ ਕੋਟਾ ਚ ਵੱਡੀ ਗੱਲ ਤੁਸੀਂ ਵੇਖੋ ਸਿਆਸੀ ਬਦਲਾਖੋਰੀ ਔਰ ਚੌਥੀ ਜਿਹੜੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਚ ਐਡੀ ਵੱਡੀ ਸੰਨ ਲੱਗ ਜਾਣੀ ਇਹ ਵੀ ਤਾਂ ਡੀਜੀਪੀ ਦੀ ਨਲਾਇਕੀ ਆ ਔਰ ਜੇ ਇਸ ਡੀਜੀਪੀ ਤੇ આરોਪ ਹਰ ਤਰੀਕੇ ਦੇ ਨੇ ਸਿਪਰੀਮ ਕੋਰਟ ਨੇ ਦਿਨਕਰ ਗੁਪਤਾ ਕੇਸ 'ਚ ਉਹਦੇ ਤੇ ਟਿੱਪਣੀ ਕੀਤੀ ਆ ਕਿ ਇਹ ਬੰਦਾ ਅਨਫਿਟ ਫॉर ਡੀਜੀਪੀ ਹੈ ਕਿਉਂਕਿ ਆਪਦੀ ਜਗ੍ਹਾ ਦੀ ਦੁਰਵਰਤੋਂ ਕਰਦਾ ਹੀ ਮਿਸਯੂਜ਼ਸ ਹਿਸ ਅਫੀਸ਼ਲ ਪੋਜੀਸ਼ਨ ਉਹੀ ਗੱਲ ਸਾਹਮਣੇ ਆਈ ਆ ਯੂਪੀਐਸਸੀ ਤੋਂ ਰਿਜੈਕਟਡ ਅਚਲੀ ਜੇਸ ਬੰਦੇ ਤੇ ਇੰਦਰਪ੍ਰੀਤ ਚੱਡਾ ਜਿਹਦੀ ਸੁਸਾਇਡ ਕੇਸ 'ਚ ਜਿਨ੍ਹਾਂ ਤੇ ਖਿਲਾਫ ਕਾਰਵਾਈ ਹੋਣੀ ਸੀ ਮਗਰ ਉਹਨਾਂ ਨੇ ਕੋਰਟ ਦਾ ਸਹਾਰਾ ਲਿਆ ਕਿਉਂਕਿ ਉਹਦੇ 'ਚ ਵਿਧਾਨ ਸਭਾ ਚੋਣਾਂ ਦੇ ਵਿੱਚ ਲਗਭਗ ਸਾਰੀਆਂ ਪਾਰਟੀਆਂ ਦੇ ਵੱਲੋਂ ਆਪਣੀ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਜਾ ਚੁੱਕੀ ਹੈ ਉੱਥੇ ਹੀ ਕਾਂਗਰਸ ਨੇ ਵੀ ਆਪਣੀ ਪਹਿਲੀ ਲਿਸਟ ਜਾਰੀ ਕੀਤੀ ਹੈ ਮਾਨਸਾ ਤੋਂ ਟਿਕਟ ਦੇ ਲਈ ਲੰਬੇ ਸਮੇਂ ਤੋਂ ਜਦੋਂ ਜਿਆਦਾ ਕਾਰਵਾਈ ਗਾਇਕ ਅਤੇ ਹਾਲ ਹੀ ਦੇ ਵਿੱਚ ਕਾਂਗਰਸ ਦਾ ਪੱਲਾ ਫੜਨ ਵਾਲੇ ਸਿੱਧੂ ਮੂਸੇਵਾਲਾ ਮਾਨਸਾ ਤੋਂ ਵਿਧਾਨ ਸਭਾ ਚੋਣਾਂ ਦਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਕੁਝ ਦਿਨ ਪਹਿਲਾਂ ਕਾਂਗਰਸ ਵਿੱਚ ਸ਼ਾਮਲ ਹੋਏ ਸਿੱਧੂ ਮੂਸੇਵਾਲਾ ਨੂੰ ਮਾਨਸਾ ਤੋਂ ਟਿਕਟ ਦਿੱਤੀ ਗਈ ਹੈ ਸੋ ਅਜਿਹੇ ਦੇ ਵਿੱਚ ਇੱਥੋਂ ਕਾਂਗਰਸ ਦੇ ਵਿਧਾਇਕ ਤੇ ਹੋਰ ਸੀਨੀਅਰ ਆਗੂਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਇਸ ਦੌਰਾਨ ਟਿਕਟ ਮਿਲਣ ਦੇ ਪਿੱਛੋਂ ਉਸੇ ਵਾਲਾ ਨੇ ਆਖਿਆ ਕਿ ਉਹ ਗੁਰੂ ਘਰ ਸ਼ੁਕਰਾਨਾ ਕਰਨ ਜਾ ਰਹੇ ਨੇ ਉਹਨਾਂ ਨੇ ਵੀ ਕਿਹਾ ਕਿ ਮੇਰੇ ਹਰ ਕੰਮ ਦੇ ਵਿੱਚ ਅਰਚਨਾ ਖੜੀਆਂ ਹੋਈਆਂ ਨੇ ਮੈਂ ਕੋਈ ਵੀ ਕੰਮ ਕੀਤਾ ਉਹ ਸ਼ਾਂਤੀ ਆਮ ਤਰੀਕੇ ਦੇ ਨਾਲ ਹੋਇਆ ਹੀ ਨਹੀਂ ਮੇਰਾ ਤਾਂ ਹਰ ਕੰਮ ਖੜ ਕੇ ੜਕੇ ਦਾ ਨਾਲ ਹੀ ਹੋਇਆ ਏ ਮੇਰਾ ਤਾਂ ਸੁਭਾਅ ਹੀ ਇਸ ਤਰ੍ਹਾਂ ਦਾ ਹੋ ਗਿਆ ਇਸ ਦੁਆਰ ਵੀ ਫਤਿਹ ਹਾਸਲ ਕਰਾਂਗੇ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੂੰ ਟਿਕਟ ਦੇਣ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ ਸੀ ਸਥਾਨਕ ਵਿਧਾਇਕ ਅਤੇ ਹੋਰ ਸੀਨੀਅਰ ਆਗੂਆਂ ਦੇ ਵੱਲੋਂ ਇਸ ਦਾ ਖੁੱਲ ਕੇ ਵਿਰੋਧ ਕੀਤਾ ਜਾ ਰਿਹਾ ਹੈ ਮੈਂ ਸਾਰੇ ਆਪਣੇ ਹਲਕੇ ਦਾ ਆਪਣੇ ਲੋਕਾਂ ਦਾ ਜਿਨ੍ਹਾਂ ਨੇ ਅਸ਼ੀਰਵਾਦ ਦਿੱਤਾ ਸਰਵੇ ਦੇ ਵਿੱਚ ਇਹਨੇ ਹਾਂ ਪੱਖੀ ਉਦੋਂ ਨੇ ਯਾਨੀ ਕਿ ਦਵਾ ਮਰੇ ਮੇਰੇ ਨਾਮ ਦਾ ਤੇ ਬਹੁਤ-ਬਹੁਤ ਸ਼ੁਕਰੀਆ ਸਾਰਿਆਂ ਦਾ ਮੈਂ ਸਾਰਾ ਕ੍ਰੈਡਿਟ ਆਪਣੇ ਹਲਕੇ ਦੇ ਲੋਕਾਂ ਨੂੰ ਦਿੰਦਾ ਤੇ ਬਹੁਤ-ਬਹੁਤ ਤੁਹਾਮਾਰ ਦੁਆਵਾਂ ਮਾ ਤੁਹਾਡੀਆਂ ਰੰਗ ਲੈ ਕੇ ਆਈਆਂ ਨੇ ਅੱਜ ਲੋਕਾਂ ਦੇ ਸਾਹਮਣੇ ਅੱਜ ਇਲੈਕਸ਼ਨ ਲੜਨ ਦਾ ਮੌਕਾ ਮਿਲਿਆ ਤੇ ਮੈਂ ਵਾਦਾ ਕਰਦਾ ਜਿੱਤਾਂਗੇ ਵੀ ਲੜਾਂਗੇ ਵੀ ਤੇ ਇੱਥੋਂ ਦੇ ਹੱਕਾਂ ਦੀ ਉਜਾਗਰ ਕਰਾਂਗੇ ਤੇ ਖੜਾਂਗੇ ਇੱਥੋਂ ਮਾਨਸਾ ਦੇ ਮੁੱਦੇ ਕਈ ਨੇ ਆ ਜੇ ਆਪਾਂ ਉਂਗਲਾਂ ਤੇ ਗਿਣਨ ਲੱਗ ਜੀ ਤਾਂ ਆਪਾਂ ਮੈਂ ਕਹਿੰਦਾ ਵੀ ਇੱਥੋਂ ਦੀ ਇੰਨੀਆਂ ਪ੍ਰੋਬਲਮਾਂ ਆ ਨੇ ਆਪਾਂ ਗਿਣਿਆ ਨਹੀਂ ਸਕਦੇ ਪਰ ਵੀ ਮਸਲੇ ਐਡੇ ਵੀ ਨਹੀਂ ਹੈਗੇ ਵੀ ਜਿੱਡੇ ਇਹ ਬਣ ਗਏ ਇਹ ਬਣੇ ਕਿਉਂ ਐਡੇ ਵੱਡੇ ਕਿਉਂਕਿ ਕੀਤੀ ਨਹੀਂ ਗਏ ਸੋ ਅਸੀਂ ਕੋਸ਼ਿਸ਼ ਕਰਾਂਗੇ ਵੀ ਕੋਈ ਸਾਰਤਕ ਹੱਲ ਲੱਭਿਆ ਜਾਵੇ ਇਹ ਰੇਖੀ ਚੀਜ਼ ਦਾ ਸੋ ਅਸੀਂ ਪੂਰੀ ਤਿਆਰੀ ਚਾਗੇ ਇੱਕ ਨਾ ਬਹੁਤ ਵਧੀਆ ਕਹਾਵਤ ਹੈ ਕਹਿੰਦੇ ਨੇਕੀ ਕਰ ਤੇ ਕੁਝ ਪਾ ਉਹ ਕਿਸੇ ਸਣਨੇ ਕਹਾਵਤਾਂ ਹੀ ਕਹੀ ਸੀ ਸਾਡਾ ਫਰਜ਼ ਹੈ ਆਪ ਦੀ ਚੰਗਿਆਈ ਤੇ ਰਹਿਣਾ ਸਾਰਿਆਂ ਦਾ ਉਦਦ ਕਰਨਾ ਸਾਰਿਆਂ ਨੂੰ ਕੋਸ਼ਿਸ਼ ਕਰਨੀ ਕਿ ਇਕਜੁੱਟ ਨਾਲ ਰੱਖਾਂ ਬਾਕੀ ਜੇ ਕਿਸ ਨੂੰ ਇਸ ਚੀਜ਼ ਦਾ ਹਨਾ ਲੱਗਦਾ ਤਾਂ ਉਹ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਹਰੇਕ ਦੀ ਆਪਣੀ ਇੰਡੀਵਿਜੂਅਲਿਟੀ ਹੈ ਹਨਾ ਸੋ ਮੇਰੀ ਤਾਂ ਕੋਸ਼ਿਸ਼ ਇਹੀ ਹੈ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਜਾਵੇ ਆਪਣੇ ਭਰਾਵਣਾ ਕੇ ਚੱਲਿਆ ਜਾਵੇ ਕਿਉਂਕਿ ਲੋਕਾਂ ਨਾਲ ਹੀ ਅਸੀਂ ਸਾਰੇ ਜੇ ਅਸੀਂ ਆਪ ਕੋ ਆਪਣੀ ਏਗੋਆਂ ਨੂੰ ਸਾਈਡ ਤੇ ਰੱਖ ਕੇ ਜੇ ਆਪਾਂ ਇਥੋਂ ਦੇ ਭਲੇ ਲਈ ਕੁਝ ਨਾ ਕੁਝ ਕਰ ਸਕੀ ਤਾਂ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਲੜਨ ਜਾ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਜਾ ਰਹੀਆਂ ਕਿਸਾਨ ਜਥੇਬੰਦੀਆਂ ਹੁਣ ਮੋਰਚੇ ਦਾ ਹਿੱਸਾ ਨਹੀਂ ਹੋਣਗੀਆਂ ਉਹਨਾਂ ਨੇ ਕਿਹਾ ਹੈ ਕਿ 4 ਮਹੀਨਿਆਂ ਬਾਅਦ ਮੋਰਚਾ ਇੱਕ ਵਾਰ ਫਿਰ ਸਮੀਖਿਆ ਕਰੇਗਾ ਕਿ ਚੋਣਾਂ ਲੜਨ ਵਾਲੀਆਂ ਜਥੇਬੰਦੀਆਂ ਦੇ ਨਾਲ ਰਿਸ਼ਤਾ ਕਿ ਹੋ ਜਾਇਆ ਹੋਏਗਾ ਜਿਸ ਅਨੁਸਾਰ ਹੈ ਕਿ ਐਸ ਕੇ ਐਮ ਆਗੂਆਂ ਦੀ ਬਾਟਕ ਬਗਰੋ ਪ੍ਰੈਸ ਕਾਨਫਰੰਸ ਦੇ ਵਿੱਚ ਯੋਧਵੀਰ ਸਿੰਘ ਨੇ ਕਿਹਾ ਹੈ ਕਿ ਐਸ ਕੇ ਪੰਜਾਬ ਦੇ ਵਿੱਚ ਚੋਣਾਂ ਦੇ ਲਈ ਹਿੱਸਾ ਲੈਣ ਵਾਲੀ ਜੋ ਤੇ ਬੰਦੀਆਂ ਦੇ ਨਾਲ ਸਹਿਮਤ ਨਹੀਂ ਹੈ ਅਤੇ ਉਹ ਹੁਣ ਐਸਕੇਐਮ ਦਾ ਹਿੱਸਾ ਨਹੀਂ ਹੋਣਗੀਆਂ। ਉਹਨਾਂ ਨੇ ਕਿਹਾ ਹੈ ਕਿ ਚੋਣਾਂ ਦੇ ਵਿੱਚ ਹਿੱਸਾ ਲੈਣ ਵਾਲੀਆਂ ਜੋ ਤੇ ਬੰਦੀਆਂ ਐਸਕੇਐਮ ਦਾ ਹਿੱਸਾ ਨਹੀਂ ਨੇ। ਅਜਹੀਆਂ ਹੋਣ ਵਾਲੀਆਂ ਦਿਨਾਂ ਦੇ ਵਿੱਚ ਐਸਕੇਐਮ ਦੀ ਮੀਟਿੰਗ ਦੇ ਵਿੱਚ ਉਹਨਾਂ ਦੇ ਨਾਲ ਆਪਣੇ ਸੰਬੰਧ ਬਾਰੇ ਫੈਸਲਾ ਲਵਾਂਗੇ। ਐਸਕੇਐਮ ਆਗੂਆਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਹੈ ਕਿ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਕੇਸ਼ਟ ਕਾਦਰ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੀ ਪ੍ਰਕਾਸ਼ਤਗੀ ਦੇ ਲਈ ਦਬਾਅ ਪਾਉਣ ਦੇ ਲਈ ਜਨਵਰੀ ਦੇ ਵਿੱਚ 3 ਦਿਨਾਂ ਦੇ ਲਈ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜਾਣਗੇ। ਅਜੇ ਮਿਸ਼ਰਾ ਦੇ ਪੁੱਤਰ ਤੇ ਪਿਛਲੇ ਪਰ ਦਰਸ਼ਨਕਾਰੀ ਕਿਸਾਨਾਂ ਦਾ ਗੱਡੀ ਦੇ ਨਾਲ ਕੁਚਲ ਕੇ ਕਤਲ ਕਰਨ ਦਾ ਦੋਸ਼ ਹੈ ਐਸ ਕੇ ਮਾਗੂ ਯੋਧਵਿਰ ਸਿੰਘ ਨੇ ਕਿਹਾ ਹੈ ਕਿ ਟਿਕਾਤ ਪੀੜਤਾ ਜੇਲ੍ਹ ਦੇ ਵਿੱਚ ਬੰਦ ਕਿਸਾਨਾਂ ਅਤੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਨਗੇ ਜੇਕਰ ਕੋਈ ਤਰੱਕੀ ਨਾ ਹੋਈ ਤਾਂ ਕਿਸਾਨ ਜਥੇਬੰਦੀਆਂ ਲਖੀਮਪੁਰ ਦੇ ਵਿੱਚ ਧਰਨਾ ਦੇ ਸਕਦੀਆਂ ਨੇ ਜੇ ਸਾਹਿਬ ਜਾਣਦੇ ਪਿਛਲੇ ਮਹੀਨੇ 11 ਤਾਰੀਖ ਨੂੰ ਅਸੀਂ ਆਪਣੇ ਆंदोलਨ ਨੂੰ ਵਿਕਿਆਤਾ और उस दिन ये तय किया था कि अगले पंद्रह तारीख को हम दोबारा बैठे समीक्षा करेंगे सरकार ने जो बातें हमसे की हैं सरकार उन पर अमल करती है नहीं करती है सर, क्या स्थिति है तमाम साथियों को अवगत कराएंगे उसी को लेके ही आज की मीटिंग उस दिन रखी गई थी और उसके बीच में जो डेवलपमेंट हुई हमारी कुछ जो संगठन थे वो चुनाव में सम्मिलित होने का उन्होंने ऐलान किया तो पहला जो मुद्दा हमारा था समीक्षा की गई और यह तय पाया गया कि सरकार का जो आज तक सरकार ने एमएसपी पे कोई कमेटी नहीं बनाई किसी तरह का संपर्क नहीं किया गया देश में जो दिल्ली के रेलवे और दिल्ली पुलिस के जो मुकदमे थे उस पर कोई कार्रवाई सरकार ने नहीं की जबकि यह आश्वस्त किया था कि तुरंत प्रभाव से उनकी वापसी की कार्रवाई आरंभ कर दी जाएगी ਟਿਕਟ ਨਾ ਮਿਲਣ ਤੋਂ ਨਾਰਾਜ਼ ਕਾਂਗਰਸੀ ਵਿਧਾਇਕ ਹਰਜੋਤ ਕਮਲ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਨੇ ਹਰਜੋਤ ਕਮਲ ਨੇ ਟਿਕਟ ਕੱਟਣ ਤੇ ਕੁਝ ਹੀ ਮਿੰਟਾਂ ਦੇ ਅੰਦਰ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਅਤੇ ਭਾਜਪਾ ਦਫਤਰ ਵੱਲ ਨੂੰ ਤੁਰ ਪਏ ਇਸ ਦਰਮਿਆਨ ਜਿਵੇਂ ਹੀ ਕਾਂਗਰਸ ਹਾਈਕਮੰਡ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਮੋਗਾ ਤੋਂ ਮਾਲਵਿਕਾ ਨੂੰ ਉਮੀਦਵਾਰ ਐਲਾਨਿਆ ਗਿਆ ਤਾਂ ਇਸ ਐਲਾਨ ਦੇ ਕੁਝ ਘੰਟਿਆਂ ਬਾਅਦ ਹੀ ਵਿਧਾਇਕ ਹਰਜੋਤ ਕਮਲ ਨੇ ਕਾਂਗਰਸ ਨੂੰ અલਵਿਦਾ ਆਖਿਆ ਭਾਜਪਾ ਦਾ ਪੱਲਾ ਫੜ ਲਿਆ ਹੈ ਹਰਜੋਤ ਕਮਲ ਨੂੰ ਚੰਡੀਗੜ੍ਹ ਦੇ ਵਿੱਚ ਪਾਰਟੀ ਪ੍ਰਧਾਨ ਅਸ਼wini ਸ਼ਰਮਾ ਤੇ ਹੋਰ ਆਗੂਆਂ ਦੀ ਅਗਵਾਈ ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਹਰਜੋਤ ਕਮਲ ਮੋਗਾ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਨੇ ਇਸ ਵਾਰ ਉਹਨਾਂ ਦੀ ਥਾਂ ਕਾਂਗਰਸ ਨੇ ਮਾਲਵਿਕਾ ਸੋਤ ਨੂੰ ਉਮੀਦਵਾਰ ਬਣਾਇਆ ਹੈ ਜਿਸ ਦਾ ਵਿਧਾਇਕ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਪੰਜਾਬ ਦੇ ਫਾਜ਼ਿਲਕਾ ਦੇ ਪਿੰਡ ਬਹਿਕ ਖਾਸ ਦੇ ਵਿੱਚ ਚੋਣ ਪ੍ਰਚਾਰ ਦੇ ਲਈ ਗਏ ਕਾਂਗਰਸ ਵਿਧਾਇਕ ਦਵਿੰਦਰ ਸਿੰਘ ਕੁਬਾਇਆ ਦਾ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਹੈ ਪਿੰਡ ਵਾਸੀਆਂ ਨੇ ਗੱਡੀ ਦੇ ਅੱਗੇ ਆ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਵਿਧਾਇਕ ਦੇ ਪੀਐਨਏ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਪਰ ਉਹ ਨਾਅਰੇਬਾਜ਼ੀ ਕਰਦੇ ਰਹੇ ਬਾਅਦ ਵਿੱਚ ਵਿਧਾਇਕ ਪਰਤ ਗਏ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ ਇਸ ਵਿਚਾਲੇ ਕਈ ਥਾਈਂ ਲੋਕ ਕੁਝ ਨੇਤਾਵਾਂ ਦਾ ਵਿਰੋਧ ਵੀ ਕਰ ਰਹੇ ਨੇ ਫਾਜ਼ਿਲਕਾ ਦੇ ਕਾਂਗਰਸ ਵਿਧਾਇਕ ਦਵਿੰਦਰ ਸਿੰਘ ਕੁਬਾਇਆ ਦਾ ਵੀ ਵਿਰੋਧ ਹੋ ਰਿਹਾ ਹੈ ਸ਼ੁਕਰਵਾਰ ਨੂੰ ਵਿਧਾਇਕ ਦਵਿੰਦਰ ਸਿੰਘ ਕੁਬਾਇਆ ਫਾਜ਼ਿਲਕਾ ਦੇ ਪਿੰਡ ਬਹਿਕ ਖਾਸ ਪਹੁੰਚੇ ਤਾਂ ਉੱਥੇ ਕੁਝ ਪਿੰਡ ਵਾਸੀਆਂ ਦੇ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਇਸ ਮੌਕੇ ਮੌਜੂਦ ਲੋਕਾਂ ਨੇ ਉਹਨਾਂ ਖਿਲਾਫ ਨਾਰੇਬਾਜ਼ੀ ਕਰਦੇ ਹੋਏ ਪਿੰਡ ਦੇ ਵਿੱਚ ਮਨਰੇਗਾ ਗਤੀਵਿਧੀਆਂ ਦੇ ਵਿੱਚ ਅੜਿੱਕਾ ਪਾਉਣ ਦੇ ਦੋਸ਼ ਲਗਾਏ ਨੇ ਮਾਹੌਲ ਖਰਾਬ ਹੁੰਦਾ ਵੇਖ ਕੇ ਕੁਬਾਇਆ ਨੂੰ ਆਪਣੀ ਗੱਡੀ ਵਾਪਸ ਲੈ ਬੇਰੰਗ ਪਰਤਣਾ ਪਿਆ ਪਿੰਡ ਵਾਸੀਆਂ ਦੇ ਵੱਲੋਂ ਕੀਤੀ ਗਈ ਇਸ ਵਿਰੋਧੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋ ਰਹੀ ਹੈ ਜਿਕਰ ਚੋਗਿਆ ਕਿ ਪੰਜਾਬ ਦੇ ਵਿੱਚ ਵੋਟਾਂ ਨੇੜੇ ਆ ਗਈਆਂ ਨੇ ਅਤੇ ਲੀਡਰ ਲੋਕਾਂ ਦੇ ਨਾਲ ਰਾਬਤਾ ਕਾਇਮ ਕਰਨ ਦੇ ਲਈ ਪਿੰਡਾਂ ਦੇ ਵਿੱਚ ਪਹੁੰਚ ਕਰ ਰਹੇ ਨੇ ਜਿੱਥੇ ਉਹਨਾਂ ਨੂੰ ਸਥਾਨਕ ਵਾਸੀਆਂ ਦੇ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੰਮ ਰੁਕਣਾ ਦਵਿੰਦਰ ਖਵਾ ਮੁੱਢ ਮੁਰਦਾ ਮੁਰਦਾ ਨਰੇਕ ਚ ਦੇਖਣ ਦੇ ਆਉਣ ਨਾਲ ਦਿਨਦਰ ਖਬਾਇਆ ਮੁਰਦਾਵਾਰ 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 ਪੈਂਡ ਦਾ ਕੰਮ ਰੋਕਣ ਨਾਲ ਦਿਨਦਰ ਖਬਾਇਆ ਮੁਰਦਾਵਾਰ ਪੈਂਡ ਦਾ ਕੰਮ ਰੋਕਣ ਨਾਲ ਦਿਨਦਰ ਖਬਾਇਆ ਮੁਰਦਾਵਾਰ ਜਿੰਦਾਬਾਦ ਜਿੰਦਾਬਾਦ ਸ਼ੋਮ੍ਰੀਆ ਕਾਲੀਦਲ ਦੇ ਦਿੱਗਜ ਨੇਤਾ ਵਿਕਰਮ ਸਿੰਘ ਮਚਿੱਠਿਆ ਅਤੇ ਪਿਛਲੇ ਦਿਨੀ ਹੋਏ ਮਾਮਲੇ ਦਰਜ ਤੋਂ ਬਾਅਦ ਉਹਨਾਂ ਦੀ ਗੁੰਮਸ਼ਦਗੀ ਦੇ ਪੋਸਟਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲੇ ਸਨ ਇਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਏ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਉਮੀਦਵਾਰ ਜੀਵਨ ਚੋਦ ਕੋਰਤੇ ਰਾਗੀ ਜਥੇ ਦੇ ਵਿੱਚ ਪੋਸਟਰ ਦੇਖਣ ਨੂੰ ਮਿਲਦੀ ਹੈ ਇਨਾ ਪੋਸਟਰਾਂ ਤੇ ਜੀਵਨਜੋਤ ਕੋਰ ਨੂੰ ਪੁਲਿਸ ਵਾਂਟਡ ਲਿਖਿਆ ਹੋਇਆ ਏ ਸੋ ਹਾਲਾਂਕਿ ਪੋਸਟਰ ਜਿਸ ਵੱਲੋਂ ਚਿਪਕਾਏ ਗਏ ਨੇ ਇਸ ਦਾ ਕੋਈ ਵੀ ਖੁਲਾਸਾ ਸਾਹਮਣੇ ਨਹੀਂ ਹੋਇਆ ਏ ਸੋ ਲੇਕਿਨ ਵਿਧਾਨ ਸਭਾ ਹਲਕਾ ਪੂਰਬੀ ਦੇਵਾਕ ਪਖਥਮ ਅਤੇ ਜੀਵਨਜੋਤ ਉਸ ਦੇ ਨਾਲ ਇਹ ਪੋਸਟਰ ਦੇਖਣ ਨੂੰ ਮਿਲ ਰਹੇ ਨੇ ਹਾਲਾਂਕਿ ਜਦੋਂ ਇਸ ਸੰਬੰਧੀ ਜੀਵਨਜੋਤ ਕੋਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜੀਵਨਜੋਤ ਕੋਰ ਨੇ ਕਿਹਾ ਕਿ ਉਹਨਾਂ ਦਾ 2017 ਤੋਂ ਪਹਿਲਾਂ ਕਿਸੇ ਬੈਂਕ ਦੇ ਵਿੱਚ ਚੈੱਕ ਨੂੰ ਲੈ ਕੇ ਝਗੜਾ ਚੱਲ ਰਿਹਾ ਏ ਅਤੇ ਸੰਬੰਧੀ ਉਹਨਾਂ ਦੇ ਵੱਲੋਂ ਇਸ ਦਾ ਕੇਸ ਮਾਣਯੋਗ ਹਾਈ ਕੋਰਟ ਦੇ ਵਿੱਚ ਵੀ ਦੱਸ ਦਈਏ ਕਿ ਜੀਵਨ ਜੋਤ ਕੋਰਦੇ ਵੱਲੋਂ ਇੱਕ ਪ੍ਰਾਈਵੇਟ ਬੈਂਕ ਦੇ ਕੋਲੋਂ ਕਰਜ਼ਾ ਲਿਆ ਗਿਆ ਸੀ ਜੋ ਵਾਪਸ ਨਹੀਂ ਕੀਤਾ ਗਿਆ ਇਸ ਦੇ ਚੱਲਦਿਆਂ ਬੈਂਕ ਦੇ ਵੱਲੋਂ ਅਦਾਲਤ ਦਾ ਰੁਖ ਕੀਤਾ ਗਿਆ ਅਤੇ ਇਸ ਦੌਰਾਨ ਜੀਵਨ ਜੋਤ ਪੇਸ਼ ਨਹੀਂ ਹੋਏ ਜਿਸ ਦੇ ਚੱਲਦਿਆਂ 4 ਸਾਲ ਪਹਿਲਾਂ 2017 ਦੇ ਵਿੱਚ ਅਦਾਲਤ ਦੇ ਵੱਲੋਂ ਕਰਜ਼ੇ ਦੀ ਅਦਾਇਗੀ ਨਾ ਕਰਨ ਅਤੇ ਅਦਾਲਤ ਦੇ ਵਿੱਚ ਪੇਸ਼ ਨਾ ਹੋਣ ਤੇ ਚੱਲਦਿਆਂ ਪੀਓ ਕਰਾਰ ਦੇ ਦਿੱਤਾ ਗਿਆ ਮੈਂ ਆਮ ਆਦਮੀ ਪਾਰਟੀ ਤੋਂ ਇਸ ਵਾਰ ਹਲਕਾ ਪੂਰਬੀ ਤੋਂ ਉਮੀਦਵਾਰ ਹਾਂ ਜੀ ਨਿਯਮ ਆਂਡੇ ਤੁਹਾਡੇ ਦਿੱਤੇ ਕਿ ਤੁਸੀਂ 2017 ਤੋਂ ਪੀਓ ਕਰਾਜ ਅਦਾਲਤ ਕੀ ਹੈਗਾ ਸਰ ਮਸਤ ਦੇਖੋ ਇਦਾਂ ਆ ਕਿ ਪਹਿਲੀ ਗੱਲ ਤੇ ਅੱਜ ਮੈਨੂੰ ਇਹ ਅੱਜ ਪਹਿਲੇ ਦਿਨ ਮਹਿਸੂਸ ਹੋਇਆ ਵੀ ਮੈਂ ਪੰਜਾਬ ਦੀ ਪੋਲਿਟਿਕਸ 'ਚ ਪੈਰ ਰੱਖ ਲਿਆ ਸੋ ਦੂਸਰੀ ਚੀਜ਼ ਮੈਂ ਇਹ ਕਹਿ ਰਹੀ ਕਿ ਜਿਹੜਾ ਕੇਸ ਹੈ ਤੇ ਬਿਲਕੁਲ ਹੱਕ ਸੱਚ ਦੀ ਲੜਾਈ ਵਾਲਾ ਕੇਸ ਹੈ ਸੈਂਟਰਲ ਬੈਂਕ ਆਫ ਇੰਡੀਆ ਨੇ ਮੇਰੇ ਨਾਲ ਚੀਟਿੰਗ ਕੀਤੀ ਸੀ ਮੇਰੇ ਚੈਕਸ ਮਿਸਯੂਜ਼ ਕੀਤੇ ਗਏ ਜਿਸ ਕਰਕੇ ਮੈਂ ਇਹਨਾਂ ਦੀ ਕੰਪਲੇਂਟ ਕੀਤੀ ਸੀਗੀ ਸੈਂਟਰਲ ਗਵਰਨਮੈਂਟ ਦਾ ਇੱਕ ਪੋਰਟਲ ਹੈ ਉਸ ਦੇ ਉੱਤੇ ਇਸਦੀ ਕੰਪਲੇਂਟ ਕੀਤੀ ਸੀ ਔਰ ਕਿਸਮਤ ਚੰਗੀ ਕਹੋ ਜਾਂ ਇਹ ਕਹੋ ਵੀ ਹੱਕ ਸੱਚ ਦੀ ਲੜਾਈ ਸੀ ਤਾਂ ਉਸ ਕੰਪਲੇਂਟ ਤੇ ਫੌਰਨ ਐਕਸ਼ਨ ਲਿਆ ਗਿਆ ਔਰ ਬੈਂਕ ਨੂੰ ਵਿਜੀਲੈਂਸੀ ਇਨਕੁਆਇਰੀ ਮਾਰਕ ਹੋ ਗਈ ਸੀ ਬੈਂਕ ਨੇ ਮੇਰੇ ਤੇ ਬਹੁਤ ਅਨਡੂ ਪ੍ਰੈਸ਼ਰ ਪਾਇਆ ਕਿ ਇਹ ਕੰਪਲੇਂਟ ਵਾਪਸ ਲਈ ਜਾਏ ਨਹੀਂ ਤੇ ਬੈਂਕ ਮੇਰਾ ਪੋਲੀਟੀਕਲ ਕੈਰੀਅਰ ਜ਼ੀਰੋ ਕਰ ਦੇਗਾ ਕਾਂਗਰਸ ਹਾਈਕਮਾਨ ਦੇ ਵੱਲੋਂ 인ਦਰਪੀਰ ਸਿੰਘ ਬੁਲਾਰੀਆਂ ਨੂੰ ਉਮੀਦਵਾਰ ਐਲਾਨਣ ਤੋਂ ਕਰੀਬ 1 ਘੰਟੇ ਬਾਅਦ ਹੀ ਵਾਰਡ ਨੰਬਰ 36 ਦੇ ਕਾਂਗਰਸੀ ਕੌਂਸਲਰ ਜਸਪੀਰ ਸਿੰਘ ਨਿਜ਼ਾਮਪੁਰਾ ਨੇ ਆਪਣੀ ਸੈਂਕੜੇ ਸਾਥੀਆਂ ਸਮੇਤ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਕੇ ਬੁਲਾਰੀਆਂ ਨੂੰ ਤਕੜਾ ਝਟਕਾ ਦਿੱਤਾ ਜਿਸ ਦੇ ਨਾਲ ਹਲਕਾ ਦਖਣੀ ਤੋਂ ਅਕਾਲੀ ਬਜਪਾ ਗੱਠ ਜੁੜਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਦੀ ਸਥਿਤੀ ਪਹਿਲਾਂ ਦੇ ਨਾਲੋਂ ਕਈ ਗੁਣਾ ਵੱਧ ਮਜ਼ਬੂਤ ਹੋ ਗਈ ਹੈ ਇਹ ਵਿਚਾਰ ਵਿਧਾਇਕ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਕਾਂਗਰਸੀ ਕੌਂਸਲਰ ਨਿਜ਼ਾਮਪੁਰਾ ਅਤੇ ਉਹਨਾਂ ਦੇ ਸਾਥੀਆਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਨ ਮੌਕੇ ਪ੍ਰਟਾਈ ਨੇ ਉਹਨਾਂ ਨੇ ਕਿਹਾ ਕਿ ਤਲਬੀਰ ਸਿੰਘ ਗਿੱਲ ਹਲਕਾ ਦੱਖਣੀ ਦੇ ਲੋਕਾਂ ਦਾ ਧਾਕੜ ਵਕੀਲ ਹੈ ਜਿਸ ਦੀ ਚੋਣ ਮੁਹਿੰਮ ਦੇ ਵਿੱਚ ਕਾਂਗਰਸ ਵਿਧਾਇਕ ਨੂੰ ਅਜੇ ਹੋਰ ਬਹੁਤ ਝਟਕੇ ਲੱਗਨੇ ਨੇ ਸਰਦਾਰ ਮਜੀਠੀਆ ਨੇ ਕਾਂਗਰਸ ਤੇ ਵਰਦਿਆਂ ਆਖਿਆ ਹੈ ਕਿ ਕਾਂਗਰਸ ਨੇ ਮਾਈਨਿੰਗ ਮਾਫੀਆ ਸ਼ਰਾਬ ਮਾਫੀਆ ਅਤੇ ਐਸਸੀ ਸਕਾਲਰਸ਼ਿਪ ਜਿਹੇ ਘਪਲੇ ਕਰਨ ਵਾਲੇ ਭ੍ਰਿਸ਼ਟਾਚਾਰੀ ਵਿਅਕਤੀਆਂ ਨੂੰ ਮੁੜ ਆਪਣਾ ਉਮੀਦਵਾਰ ਐਲਾਨ ਕੇ ਆਪਣੀ ਨਵੇਂ ਪੰਜਾਬ ਮਾਡਲ ਦਾ এজেন্ডਾ ਦੱਸ ਦਿੱਤਾ ਹੈ ਇਸ ਮੌਕੇ ਤੇ ਉਮੀਦਵਾਰ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਦੀਆਂ ਮਾੜੀਆਂ ਨੀਤੀਆਂ ਤੋਂ ਤੰਗ ਆ ਕੇ ਆਕਾਲੀ ਦਲ ਦੇ ਵਿੱਚ ਸ਼ਾਮਿਲ ਹੋਣ ਵਾਲੇ ਕੌਂਸਲਰ ਨਿਜ਼ਾਮਪੁਰ ਅਤੇ ਉਹਨਾਂ ਦੇ ਸਾਥੀਆਂ ਨੂੰ ਪਾਰਟੀ ਦੇ ਵਿੱਚ ਪੂਰਾ ਮਾਨ ਸਤਿਕਾਰ ਮਿਲੇਗਾ। ਚਾਹੇ ਆ ਕੋਟ ਮੇਠ ਸਿੰਘ ਦਾ ਪੁਲ ਹੈ, ਚਾਹੇ ਬਾਈਪਾਸ ਹੈ, ਜਿੰਨੇ ਵੀ ਕੰਮ ਤੁਸੀਂ ਵੇਖੋ ਜਾਂ ਤਰਨਤਾਰਨ ਨੂੰ ਜਿਹੜੀ ਸੜਕ ਜਾਂਦੀ ਹੈ ਸਾਰੇ ਕੰਮ ਉਦੋਂ ਹੋਏ ਆ ਜਦੋਂ ਪਿਛਲੀ ਵਾਰੀ ਸ਼ੋਮਨੀ ਅਕਾਲੀ ਦਲ ਦੀ ਸਰਕਾਰ ਸੀ ਉਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖਦਿਆਂ ਹੋਇਆਂ ਪੰਜਾਬ 'ਚ ਇੱਕ ਪੋਜ਼ਿਟਿਵ ਏਜੰਡੇ ਨੂੰ ਨਾਲ ਲੈੰਦਿਆਂ ਹੋਇਆਂ ਔਰ ਜਿਵੇਂ ਮੈਨੂੰ ਪਹਿਲਾਂ ਵੀ ਪ੍ਰੈਸ ਵਾਲਿਆਂ ਨੇ ਪੁੱਛਿਆ ਸੀ ਦੇਖੋ ਟਿਕਟ ਦਿੱਤੀ ਕਿ ਇਹਨਾਂ ਨੂੰ ਤੁਮਸੋਤ ਜਿਹਦੇ ਤੇ ਐਸਸੀ ਸਕਾਲਰਸ਼ਿਪ ਦਾ 2000 ਤੋਂ ਵੱਧ ਕਰੋੜ ਦਾ ਕਫਲਾ ਕਰਨ ਦਾ આરોਪ ਹੈ ਬੱਚਿਆਂ ਦੀ ਸਕਾਲਰਸ਼ਿਪ ਖਾ ਗਿਆ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਬੱਚਿਆਂ ਨੂੰ ਪਹੁੰਚੇ ਨਹੀਂ ਉਹਨੂੰ ਟਿਕਟ ਦਿੱਤੀ ਮਤਲਬ ਪ੍ਰਾਇਓਰਟੀ ਸਾਹਮਣੇ ਆ ਗਈ ਕਿ ਐਸਸੀ ਵਿਦਿਆਰਥੀ ਸਫਰ ਕਰਦੇ ਕਰਦੇ ਰਹਿਣ ਸਾਨੂੰ ਤਾਂ ਤੁਮਸੋਤ ਪਿਆਰਾ ਸਾਰਿਆਂ ਨੂੰ ਟਿਕਟ ਮਿਲ ਗਈ ਹੈ ਮੈਨੂੰ ਲੱਗਦਾ ਉਹਨਾਂ ਨੇ ਸੇਵਾ ਹੀ ਨਹੀਂ ਕਰਤੀ ਸੀ ਕਿ ਕਿਸੇ ਇੱਕ ਦੀ ਟਿਕਟ ਨਹੀਂ ਕੱਟੀ ਗਈ ਇਸੇ ਤਰ੍ਹਾਂ ਸ਼ਰਾਬ 마ਪ ਗਿਆ ਜਿਨ੍ਹਾਂ ਤੇ ਬੜੇ ਸੀਰੀਅਸ ਆਰੋਪ ਸਨ ਉਹਨਾਂ ਸਾਰਿਆਂ ਨੂੰ ਮਿਲ ਗਈ ਚਰਨਤਰਨ ਸਾਫ ਚ 120 ਮੌਤਾਂ ਹੋਈਆਂ ਸੀ ਉਹ ਜ਼ਿਲ੍ਹੇ ਚ ਔਰ ਜਿਨ੍ਹਾਂ ਨੂੰ ਜ਼ਿੰਮੇਵਾਰ ਠਰਾਇਆ ਗਿਆ ਸੀ ਸਾਰਿਆਂ ਨੂੰ ਐਮ 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 ਐਲ ਏ ਦੀਆਂ ਟਿਕਟਾਂ ਮਿਲ ਗਈ ਇਸ ਲਈ ਜੋ ਹਾਲਾਤ ਬਣੇ ਨੇ ਲੋਕ ਬੜੇ ਸਿਆਣੇ ਨੇ ਕਿ ਨਾ ਵਾਅਦੇ ਪੂਰੇ ਕੀਤੇ ਔਰ ਜਿਹੜੇ ਲੋਕਾਂ ਤੇ سنگੀਨ ਦੋਸ਼ ਆਰੋਪ ਸਨ ਉਹਨਾਂ ਸਾਰਿਆਂ ਨੂੰ ਫੇਰ ਦੇ ਦਿੱਤਾ ਗਿਆ ਇਸ ਮਾਡਲ ਦੀ ਉਹ ਗੱਲ ਕਰਦੇ ਸੀ ਚਿਚਲੀ ਮੈਂ ਕਹਿੰਦਾ ਸੀ ਇਹ ਖਟਾਰਾ ਮਾਡਲ ਹੈ ਇਹ ਬੱਕਰੀ ਮਾਡਲ ਹੈ ਮੈਂ 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 ਕਰੀ ਜਾਣਾ ਹੁਣ ਤੁਹਾਡੇ ਸਾਹਮਣੇ ਵਰਤ ਰਿਹਾ ਮੋਗਾ ਤੋਂ ਪਾਜਬਾਗੂ ਡਾਕਟਰ ਹਰਜੋਤ ਕਮਲ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਅੱਜ ਸੰਗਠਨ ਖਤਮ ਹੋ ਚੁੱਕਾ ਹੈ ਅਤੇ ਵਰਕਰਾਂ ਦੀ ਬਜਾਏ ਕਲਾਕਾਰਾਂ ਨੂੰ ਤਰਜੀਹ ਦਿੱਤੀ ਜਾਣ ਲੱਗੀ ਹੈ ਜਿੱਥੇ ਮੁੱਖ ਮੰਤਰੀ ਦੀ ਕੁਰਸੀ ਵਾਸਤੇ ਲੜਾਈ ਚੱਲ ਰਹੀ ਹੈ ਪਾਜਬਾਦ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਲੁਧਿਆਣਾ ਪਹੁੰਚੇ ਡਾਕਟਰ ਹਰਜੋਤ ਕਮਲ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਨੂੰ ਉਹਨਾਂ ਨੇ ਆਪਣੀ ਜ਼ਿੰਦਗੀ ਦੇ 30 ਸਾਲ ਦਿੱਤੇ ਲੇਕਿਨ ਹੁਣ ਉੱਥੇ ਵਰਕਰਾਂ ਦੀ ਬਜਾਏ ਕਲਾਕਾਰਾਂ ਨੂੰ ਤਰਜੀਹ ਦਿੱਤੀ ਜਾਣ ਲੱਗੀ ਹੈ ਕਾਂਗਰਸ ਮੁੱਖ ਮੰਤਰੀ ਦੀ ਕੁਰਸੀ ਦੀ ਲੜਾਈ ਚੱਲ ਰਹੀ ਹੈ ਅਤੇ ਸੰਗਠਨ ਖਤਮ ਹੁੰਦਾ ਜਾ ਰਿਹਾ ਹੈ ਨਾਂ ਦੇ ਪਾਛ ਪਦੇ ਵੱਲੋਂ ਦਿੱਤੇ ਗਏ ਸਨਮਾਨ ਦੇ ਲਈ ਧੰਨਵਾਦ ਦਾ ਪ੍ਰਗਟਾਵਾ ਕੀਤਾ। ਮੈਂ ਬੀਜੇਪੀ ਦੇ ਜਿਹੜੇ 올 ਇੰਡੀਆ ਦੇ ਪ੍ਰੈਜ਼ੀਡੈਂਟ ਨੇ ਮੱਡਾ ਸਾਹਿਬ ਉਹਨਾਂ ਦਾ ਤੇ ਸਮੁੱਚੀ ਜਿਹੜੀ ਲੀਡਰਸ਼ਿਪ ਹੈ ਬੀਜੇਪੀ ਦੀ ਉਹਨਾਂ ਦਾ ਧੰਨਵਾਦ ਕਰਦਾ ਮੈਨੂੰ ਉਹਨਾਂ ਨੇ ਆਪਣੇ ਪਰਿਵਾਰ ਵਿੱਚ ਸ਼ਾਮਲ ਕੀਤਾ। ਬੜਾ ਲੰਬਾ ਸਫ਼ਰ ਯੂਥ ਕਾਂਗਰਸ ਤੋਂ ਮੈਂ 2000 ਤੇ ਜੁਆਇਨ ਹੋਇਆ ਸੀ ਰਾਜਨੀਤੀ ਨਾਲ। ਲੰਬਾ ਸਫ਼ਰ ਕੀਤਾ ਬਿਚਾਰਾਂ ਚ ਲੀਆਂ ਪਾਣੀ ਦੀਆਂ ਲੜਾਈ ਲੜੀਆ ਪਸੀਨਾ ਭਾਇਆ ਲਹੂ ਭਾਇਆ ਉੱਥੇ ਹੀ ਜਿੱਥੇ ਜਿੱਥੇ ਮੈਨੂੰ ਇਸ ਗੱਲ ਦਾ ਆਮਾਨ ਕੇ ਮੈਂ ਪਾਰਟੀ ਵਾਸਤੇ ਲੰਬਾ ਸੰਘਰਸ਼ ਤੇ ਕੰਮ ਕੀਤਾ ਉੱਥੇ ਮੈਨੂੰ ਇਸ ਗੱਲ ਦਾ ਵੀ ਕੋਈ ਮਲਾਲ ਨਹੀਂ ਪਾਰਟੀ ਨੇ ਵੀ ਹਰ ਤਰ੍ਹਾਂ ਨਾਲ ਅਹੁਦੇ ਦਿੱਤੇ ਹੈਗੇ ਆ ਸੈਕਟਰ ਵੀ ਦਿੱਤੀ ਆ ਤੇ ਮੈਂ ਵੀ ਉਸ ਸੈਕਟਰ ਦੀ ਇਲਾਜ ਰੱਖੀ ਆ ਜਿਸ ਵੇਲੇ ਮੋਗੇ ਚ ਕਾਂਗਰਸ ਮਰੀ ਪਈ ਸੀ ਬਿਲਕੁਲ ਕੋਈ ਲੋਕਾਂ ਨੂੰ ਇਤਰਾ ਕਰਦੇ ਸੀਗੇ ਵੀ ਤੁਹਾਡੇ ਕੋਲ ਤਾਂ ਬੱਚਿਆਂ ਦੇ ਵਿਆਹ ਤੇ ਜਾਂ ਬਜ਼ੁਰਗਾਂ ਦੇ ਭੋਗ ਤੇ ਫੱਦਰ ਨੂੰ ਵੀ ਲੀਡਰ ਕੋਈ ਹੈ ਨਹੀਂ 14 ਫਰਵਰੀ ਨੂੰ ਪੰਜਾਬ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਮੈਦਾਨ ਪੂਰੀ ਤਰ੍ਹਾਂ ਦੇ ਨਾਲ ਸਜ ਕੇ ਤਿਆਰ ਹੋ ਚੁੱਕਾ ਹੈ। ਤਿੰਨੇ ਮੁੱਖ ਪਾਰਟੀਆਂ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਪੁਲਾਥ ਹਲਕੇ ਤੋਂ ਆਪੋ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਹਾਲਾਂਕਿ ਅਜੇ ਤੱਕ ਭਾਜਪਾ ਦੇ ਵੱਲੋਂ ਆਪਣੇ ਪੱਤੇ ਨਹੀਂ ਖੋਲੇ ਗਏ ਪਰ ਕਾਂਗਰਸ ਦੇ ਐਲਾਨ ਤੋਂ ਬਾਅਦ ਪੁਲਾਥ ਹਲਕੇ ਤੋਂ ਪੁਰਾਣੇ ਸਿਆਸੀ ਸ਼੍ਰੀਕ ਇਕਵਾਰ ਫਿਰ ਆਮੋ ਸਾਹਮਣੇ ਹੁੰਦੇ ਨਜ਼ਰ ਆਏ ਨੇ। ਅਕਾਲੀ ਦਲ ਦੇ ਵੱਲੋਂ ਪਹਿਲਾਂ ਹੀ ਇਸ ਹਲਕੇ ਤੋਂ ਬੀਬੀ ਜ਼ਗੀਰ ਕੌਰ ਦਾ ਐਲਾਨ ਕੀਤਾ ਜਾ ਚੁੱਕਾ ਹੈ ਜਦਕਿ ਕਾਂਗਰਸ ਨੇ ਸੁਖਪਾਲ ਸਿੰਘ ਖੈਰਾ ਦੁਆਰ ਅਲਾੰਦਿਤਾਈ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵੱਲੋਂ ਰਣਜੀਤ ਰਾਣਾ ਮੈਦਾਨ ਦੇ ਵਿੱਚ ਨੇ ਵਿਧਾਨ ਸਭਾ ਹਲਕਿਆਂ ਦੀ ਸੂਚੀ ਹਲਕਾ ਪੁਲੱਤ 26 ਨੰਬਰ ਤੇ ਆਉਂਦਾ ਹੈ ਜੇਕਰ ਇਸ ਹਲਕੇ ਦੇ 1997 ਤੋਂ ਲੈ ਕੇ ਹੁਣ ਤੱਕ ਦੀਆਂ ਵਿਧਾਨ ਸਭਾ ਚੋਣਾਂ ਦੇ ਇਤਿਹਾਸ ਤੇ ਨਜ਼ਰ ਮਾਰੀ ਜਾਵੇ ਤਾਂ ਇਸ ਹਲਕੇ ਦੇ ਵੋਟਰ ਕਿਸੇ ਇੱਕ ਪਾਰਟੀ ਦੇ ਹੱਕ ਵਿੱਚ ਖੁੱਲਕੇ ਨਹੀਂ ਨਿਤਰੇ ਨੇ ਉਂਝ ਬੀਬੀ ਜ਼ਗੀਰ ਕੌਰ ਦਾ ਪਲੜਾ ਜ਼ਿਆਦਾ ਭਾਰੀ ਰਿਹਾ ਹੈ 1997-2002 ਦੇ ਵਿੱਚ ਲਗਾਤਾਰ ਦੋ ਵਾਰ ਬੀਬੀ ਜ਼ਗੀਰ ਕੌਰ ਸੁਖਪਾਲ ਖੈਰ ਨੂੰ ਹਰਾ ਕੇ ਵਿਧਾਨ ਸਭਾ ਚੋਣਾਂ ਦੀਆਂ ਬਰੂਹਾਂ ਤੇ ਟੱਪ ਚੁੱਕੇ ਨੇ ਇਸ ਤੋਂ ਇਲਾਵਾ 2007 ਦੇ ਵਿੱਚ ਸੁਖਪਾਲ ਖਹਿਰਾ ਬੀਬੀ ਜਗੀਰ ਕੌਰ ਨੂੰ ਹਰਾ ਕੇ ਵਿਧਾਨ ਸਭਾ ਪੁੱਜੇ 2012 ਦੇ ਵਿੱਚ ਫਿਰ ਬੀਬੀ ਜਗੀਰ ਕੌਰ ਨੇ ਸੁਖਪਾਲ ਖਹਿਰਾ ਨੂੰ ਹਰਾ ਕੇ ਪੁਲਾਥ ਹਲਕੇ ਤੇ ਆਪਣਾ ਦਬਦਬਾ ਬਣਾਈ ਰੱਖਿਆ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਾਸੀ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਸਮਝ ਚੁੱਕੇ ਨੇ ਜੋ ਆਪ ਨੂੰ ਪਸੰਦ ਕਰ ਰਹੇ ਨੇ ਪਰ ਆਪ ਨੂੰ ਰੋਕਣ ਦੇ ਲਈ ਕਾਂਗਰਸ ਕੈਪਟਨ ਬਾਦਲ ਢੀਂਸਾ ਅਤੇ ਭਾਜਪਾ ਦੇ ਸਾਰੇ ਆਗੂ ਇਕੱਠੇ ਹੋ ਗਏ ਨੇ ਉਹਨਾਂ ਨੇ ਕਿਹਾ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਤੇ ਕੈਪਟਨ ਅਮਨੰਦਰ ਸਿੰਘ ਨੂੰ ਰਾਜ ਸੱਤਾ ਸੌਂਪਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਕਾਂਗਰਸ ਨੂੰ ਵੋਟਾਂ ਪਾਈਆਂ ਸਨ ਤਾਂ ਜੋ ਆਮ ਆਦਮੀ ਪਾਰਟੀ ਨੂੰ ਸਰਕਾਰ ਬਣਾਉਣ ਤੋਂ ਰੋਕਿਆ ਜਾ ਸਕੇ ਸ਼੍ਰੀਮਾਨ ਨੇ ਦੋਸ਼ ਲਾਇਆ ਕਿ ਸ਼ੋਮਨੀਆ ਕਾਲੀਦਲ ਦੀ ਭਾਜਪਾ ਦੇ ਨਾਲ ਦੋਸਤੀ ਜਗ ظاہر ਹੈ ਅਤੇ ਬਾਦਲ ਹਮੇਸ਼ਾ ਹੀ ਭਾਜਪਦੀ ਏ ਟੀਮ ਵਜੋਂ ਪ੍ਰਸਿੱਧ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਟੀਮ ਸਾ ਭਾਜਪਾ ਦੇ ਲਈ ਬੀ ਟੀਮ ਵਜੋਂ ਜਾਣੇ ਜਾਂਦੇ ਨੇ ਜਦੋਂ ਕਿ ਚੋਣਾ ਨਾ ਜਿੱਤਣ ਵਾਲੇ ਲੋਕ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਦੇ ਲਈ ਭਾਜਪਦੀ ਸੀ ਟੀਮ ਵਜੋਂ ਕੰਮ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਜਿੱਥੇ ਇਕ ਲਾਗ ਤੋਂ ਗire ਲੋਕ ਕਿਸਾਨਾਂ ਦੀਆਂ ਕੁਰਬਾਨੀਆਂ ਤੋਂ ਲੰਘ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਨੇ ਉਹਨਾਂ ਦੀ ਭ੍ਰਿਸ਼ਟਾਚਾਰੀ ਆਗੂਆਂ ਨੂੰ ਈਡੀ ਅਤੇ ਇਨਕਮ ਟੈਕਸ ਦਾ ਰਾਜ ਦਿਖਾ ਕੇ ਭਾਜਪਾ ਦੇ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ ਸੂਬਾ ਪ੍ਰਧਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪ ਦੇਸ਼ ਦੀ ਰਾਜਨੀਤੀ ਦੇ ਵਿੱਚ ਪਰਵਰਤਨ ਦੀ ਮੁਦਈ ਹੈ ਭਾਜਪਾ ਦੀ ਅੱਜ ਨੂੰ ਹੋਣ ਵਾਲੀ ਵਰਚੁਅਲ ਰੈਲੀ ਪਾਰਟੀ ਦੇ ਰਾਸ਼ਟਰੀ ਆਗੂਆਂ ਦੇ ਰੁਝੇਵਿਆਂ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ ਭਾਜਪਾ ਆਗੂਆਂ ਅਨੁਸਾਰ ਪੰਜ ਰਾਜਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਸਮੇਤ ਹੋਰ ਨੇਤਾ ਰੁਝੇ ਹੋਏ ਨੇ ਇਸ ਕਾਰਨ ਪੰਜਾਬ ਦੇ ਆਗੂਆਂ ਨੂੰ ਵਰਚੁਅਲ ਰੈਲੀ ਦੇ ਲਈ ਸਮਾਂ ਨਹੀਂ ਮਿਲਿਆ ਹੈ ਹਾਲਾਂਕਿ ਭਾਜਪਾ ਦੇ ਵੱਲੋਂ 5000 ਸ਼ਕਤੀ ਕੇਂਦਰ ਅਤੇ ਵਰਚੁਅਲ ਰੈਲੀ ਦੀ ਤਿਆਰੀ ਪੂਰੀ ਤਰ੍ਹਾਂ ਦੇ ਨਾਲ ਕੀਤੀ ਗਈ ਹੈ ਅਤੇ ਸੀਨੀਅਰ ਆਗੂਆਂ ਤੋਂ ਸਮਾਂ ਮਿਲਣ ਤੋਂ ਬਾਅਦ ਰੈਲੀ ਕੀਤੀ ਜਾਏਗੀ ਜਿਗਰਜੋਗ ਹੈ ਕਿ ਦੇਸ਼ ਦੇ ਵਿੱਚ ਬਾਦ ਦੇ ਕੋ ਆਮ ਆਮਲਾ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਵੀ 22 ਜਨਵਰੀ ਤੱਕ ਪੋਲਿੰਗ ਰਾਜਾਂ ਦੇ ਵਿੱਚ ਚੋਣ ਰੈਲੀਆਂ ਤੇ ਰੋਡ ਸ਼ੋਅ ਤੇ ਪਾਬੰਦੀ ਲਗਾ ਦਿੱਤੀ ਹੈ ਚੋਣ ਕਮਿਸ਼ਨ ਨੇ ਇਹ ਫੈਸਲਾ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਕਾਰਨ ਲਿਆ ਹੈ ਚੋਣ ਕਮਿਸ਼ਨ ਨੇ ਅੱਜ ਸਿਆਸੀ ਰੈਲੀਆਂ ਤੇ ਪਾਬੰਦੀ ਨੂੰ ਲੈ ਕੇ ਕੇਂਦਰੀ ਸੇਤ ਸਖਤਰ ਦੇ ਨਾਲ ਕਈ ਮੀਟਿੰਗਾਂ ਕੀਤੀਆਂ ਨੇ ਚੋਣ ਕਮਿਸ਼ਨ ਦੇ ਵੱਲੋਂ ਉੱਤਰ ਪ੍ਰਦੇਸ਼ ਪੰਜਾਬ ਗੋਆ ਉੱਤਰਾਖੰਡ ਅਤੇ ਮਨੀਪੁਰ ਦੇ ਵਿੱਚ ਰੈਲੀਆਂ ਤੇ ਰੋਡ ਸ਼ੋਅ ਤੇ ਪਾਬੰਦੀ ਲਗਾਉਣ ਦਾ ਹੁਕਮ ਚੋਣ ਕਮਿਸ਼ਨ ਦੇ ਵੱਲੋਂ ਪਾਸ ਕੀਤਾ ਗਿਆ ਹੈ ਆਸਟ੍ਰੇਲੀਆ ਦੇ ਵਿੱਚ ਕੋਵਿ-19 ਦਾ ਕੇਰ ਲਗਾਤਾਰ ਜਾਰੀ ਹੈ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਵੇਂ ਕੇਸ ਸਾਹਮਣੇ ਆ ਰਹੇ ਨੇ ਜਿਸ ਕਾਰਨ ਦੇਸ਼ ਭਰ ਦੇ ਵਿੱਚ ਕਾਮਿਆਂ ਦੀ ਘਾਟ ਪਈ ਜਾ ਰਹੀ ਹੈ ਆਸਟ੍ਰੇਲੀਆ ਦੇ ਰਾਸ਼ਟਰੀ ਮੰਤਰੀ ਮੰਡਲ ਨੇ ਕੋਰੋਨਾ ਵਾਇਰਸ ਦੇ ਕਾਰਨ ਵਾਧਵਾ ਖੇਤਰਾਂ ਦੇ ਵਿੱਚ ਕਰਮਚਾਰੀਆਂ ਦੀ ਘਾਟ ਦੀ ਪੂਰਤੀ ਦੇ ਲਈ ਟੀਕਾ ਕਰਨ ਦੀ ਪੂਰੀ ਖੁਰਾਕ ਲੈਣ ਵਾਲਿਆਂ ਨੂੰ ਇੱਕਾਂਤ ਵਾਸਤੇ ਸਖਤ ਨਿਯਮਾਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜ਼ਿਆਦਾ ਕੰਮ ਕਰਨ ਦੀ ਛੋਟ ਦੇਣ ਦੇ ਲਈ ਕਈ ਬਦਲਾਅ ਕੀਤੇ ਨੇ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਨੇ ਕਿਹਾ ਹੈ ਕਿ ਪ੍ਰਭਾਵਿਤ ਖੇਤਰਾਂ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ 40 ਘੰਟ ਹਟਾ ਦਿੱਤੀ ਗਈ ਹੈ శ్రీ ਮਰਸਨ ਨੇ ਕਿਹਾ ਹੈ ਕਿ ਪ੍ਰਚੂਨ ਅਤੇ ਜ਼ਰੂਰੀ ਮੌਲਦ ਦੀ ਪੂਰਤੀ ਦੇ ਲਈ ਟੋ ਆਟੂ ਆਈ ਤੇ ਤੀਬਰ ਦਬਾਰ ਨੂੰ ਘਟਾਉਣ ਦੇ ਲਈ ਸਾਰੇ ਆਵਾਜਾਈ ਅਤੇ ਹੋਰ ਪ੍ਰਭਾਵਿਤ ਕੀਤਾ ਦੇ ਕਰਮਚਾਰੀਆਂ ਦੇ ਲਈ ਨਜ਼ਦੀਕੀ ਸੰਪਰਕ ਨਿਯਮਾਂ ਨੂੰ ਹੋਰ ਸੌਖਾ ਕੀਤਾ ਜਾਏਗਾ ਤਬਦੀਲੀਆਂ ਦਾ ਮਤਲਬ ਹੋਏਗਾ ਕਿ ਇਨ੍ਹਾਂ ਖੇਤਰਾਂ ਦੇ ਵਿੱਚ ਕੰਮਿਆਂ ਨੂੰ ਵਾਇਰਸ ਦੇ ਨਾਲ ਪੋਜ਼ਿਟਿਵ ਵਿਅਕਤੀਆਂ ਦੇ ਨਾਲ ਨਜ਼ਦੀਕੀ ਸੰਪਰਕ ਹੋਣ ਤੇ ਇੱਕ ਨੈਗੇਟਿਵ ਰੈਪਿਡ ਐਂਟੀਜਨ ਟੈਸਟ ਪ੍ਰਦਾਨ ਕਰਨ ਉਪਰੰਤ ਬਿਨਾਈ ਕਾਂਤਵਾਸਕ ਕੀਤੀ ਤੇ ਤੁਰੰਤ ਘਰ ਤੇ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਜਾਏਗੀ ਇਸ ਅਨਾਜ ਦੀਆਂ ਖਾਸ ਖਬਰਾਂ ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਦੇਖਣ ਦੇ ਵਾਸਤੇ ਤੁਸੀਂ ਸਾਡੀ YouTube ਚੈਨਲ ਪੰਜਾਬ ਮੇਲ US TV ਨੂੰ ਕਰੋ ਸਬਸਕ੍ਰਾਈਬ ਧੰਨਵਾਦ